ਸਾਨੂੰ ਨਹੀਂ ਪਤਾ ਸਾਡੇ ਫੋਨ ਦੇ ਵਿੱਚ ਕੋਈ ਹੋਰ ਵੀ ਵੀਡੀਓ ਹੋਵੇ ਉਸ ਸਿਚੁਏਸ਼ਨ 'ਚ, ਪਤਾ ਨਹੀਂ ਸਾਨੂੰ ਨਹੀਂ ਯਾਦ, ਅਤੇ ਅਸੀਂ ਨੋਰਮਲ ਹੋਈਏ, ਅਗਲਾ ਫਿਰ ਕੋਈ ਇੱਕ ਅੱਧੀ ਵੀਡੀਓ ਇੱਦਾਂ ਦੀ ਸਾਹਮਣੇ ਲਿਆ, ਹੋ ਸਕਦਾ ਕਿ ਹੋਣਗੀਆਂ, ਮੈਨੂੰ ਸ਼ੋਰ ਨਹੀਂ ਹਾਂ, ਮੈਂ ਤੁਹਾਨੂੰ ਯਾਦ ਨਹੀਂ ਤੇ ਮੈਨੂੰ ਕਨਫਰਮ ਨਹੀਂ ਬਈ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਕਿ ਇਦਾਂ ਤੇ ਦੀ ਜੇ ਕੋਈ ਵੀਡੀਓ? ਇਦਾਂ ਦਾ ਕੁਝ ਦੁਬਾਰਾ ਹੁੰਦਾ ਤੇ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ, ਤੁਸੀਂ ਇਹੀ ਸੋਚ ਲਓ ਤੁਹਾਡਾ ਆਪਦਾ ਛੋਟਾ ਆਪਦੀ ਛੋਟੀ ਭੈਣ ਬੈਠੇ ਹੋਏ ਨੇ, ਇਸ ਵੀਡੀਓ ਨੂੰ ਅੱਗੇ ਦੁਬਾਰਾ ਇਹ ਵਾਲਾ ਬਈ ਕੰਮ ਤੁਹਾਡੇ ਤੋਂ ਇਲਾਵਾ ਵੀ ਬਹੁਤ ਲੋਕਾਂ ਦੇ ਵੀਡੀਓਜ਼ ਵਾਇਰਲ ਹੁੰਦੀਆਂ ਇਦਾਂ ਦੀਆਂ, ਧੀਆਂ ਭੈਣਾਂ ਦੀਆਂ, ਉਹ ਬਣਾਉਣੀਆਂ ਚਾਹੀਦੀਆਂ ਲੋਕਾਂ ਨੂੰ ਵੀਰੇ? ਮੈਂ ਮੰਨਦਾ ਮੇਰੀ ਗਲਤੀ ਸੀਗੀ ਤੇ ਮੈਂ ਨਹੀਂ, ਅੱਗੇ ਚਾਹੁੰਦਾ ਯੂਥ ਲਈ ਬਣਾਉਣੀ ਅੱਗੇ ਚਾਹੀਦੀ, ਯੂਥ ਲਈ ਯਾਰ, ਥੋੜਾ ਨਾ ਫੋਨ ਦਾ ਜ਼ਮਾਨਾ ਹੈ, ਥੋੜਾ ਦੂਰ ਹੀ ਰਹੋ, ਖਿਚਾਣੀ ਹੀ ਨਹੀਂ ਚਾਹੀਦੀ ਫੋਟੋ। ਨਹੀਂ ਨੋਰਮਲ ਤੇ ਆਪਾਂ ਨੋਰਮਲੀ ਓਬਵੀਅਸ ਨੋਰਮਲ ਤਾਂ ਮੈਂ ਦਿਹਾੜੀ 'ਚ 20 ਉਹੋ ਪਾਨਾ। ਜੀ ਚੀਜ਼ ਤੇ ਤੁਸੀਂ, ਮੈਂ ਕਹਿੰਦਾ ਤੁਸੀਂ ਬੇਸ਼ੱਕ ਭਾਵੇਂ ਮੈਮਰੀਜ਼ ਕ੍ਰੀਏਟ ਕਰੋ ਨਾ ਕਰੋ, ਤੁਹਾਡੇ ਲੋਕ ਸਾਹਮਣੇ ਮੈਮਰੀਜ਼ ਕ੍ਰੀਏਟ ਕਰਦੇ ਨੇ, ਕਰਦੇ ਆ ਲੋਕਾਂ ਦੀ ਥਿੰਕਿੰਗ, ਲੋਕਾਂ ਦੀ ਮੇਰੀ ਫੈਂਟੇਸੀ, ਫੈਂਟੇਸੀ ਕਹਿੰਦੇ ਨਾ ਉਹਨੂੰ, ਕੀ ਕਹਿੰਦੇ? ਮੈਨੂੰ ਨਹੀਂ ਪਤਾ ਕੀ ਉਹ ਕਹਿੰਦੇ, ਕੀ ਜਿਹਨੂੰ ਕਹਿੰਦੇ ਹੁੰਦੇ ਕਿ ਸਾਡਾ ਡ੍ਰੀਮ ਸੀ ਆ ਵੀਡੀਓ ਬਣਾਉਣ ਦਾ, ਨਹੀਂ ਇਦਾਂ ਦੇ ਡ੍ਰੀਮ ਹੁੰਦੇ ਲੋਕਾਂ ਦੇ? ਮੇਰੀ ਇਦਾਂ ਦੀ ਸੋਚ ਨਹੀਂ ਸੀ, ਇਹ ਤੇ ਬਸ ਇੱਕ ਨਿਆਣਪੁਣੇ ਦੇ ਵਿੱਚ ਗਲਤੀ ਹੋਈ, ਮੈਂ ਮੰਨਦਾ ਉਸ ਸਮੇਂ ਇੱਕ ਨਿਆਣਾ ਸੀਗੀ। ਦੇਖੋ ਇੱਕ ਲਵ ਮੈਰਿਜ ਹੋਈ ਆ, ਬੰਦੇ ਨੂੰ ਹੋ ਗਿਆ ਜੋ ਹੋ ਗਿਆ, ਮੈਂ ਕੀ ਉਹਨੂੰ ਐਕਸਪਲੇਨ ਕਰਾਂ, ਜੋ ਮੈਂ ਮੰਨਦਾ ਕਿ ਬੜੀ, ਉਸ ਲਈ ਮੈਂ ਕਾਫੀ ਗਿਲਟ ਵੀ ਫੀਲ ਕਰਦਾ, ਬਟ ਜੈਨੂਅਨਲੀ ਇਹਨਾਂ ਚੀਜ਼ਾਂ ਦਾ ਫੋਨ ਤੋਂ ਪਰਹੇਜ਼ ਰੱਖਣਾ। ਮੇਰੀ ਅਪੀਲ ਮੇਰੇ ਨਾਲ ਹੈ, ਐਡੀ ਵੱਡੀ ਟ੍ਰੈਜਡੀ ਹੋਈ ਹੈ, ਤੁਹਾਡੇ ਨਾਲ ਵੀ ਹੋ ਸਕਦਾ, ਐਗਜ਼ਾਮਪਲ ਤੁਹਾਡੇ ਸਾਹਮਣੇ ਹੀ ਹੈ ਕਿ ਮਰਨ ਤੱਕ ਗੱਲਾਂ ਚੱਲ ਗਈਆਂ, ਮੈਂ ਇਸ ਇਸ ਲਾਈਨ ਇਸ ਮਾਮਲੇ 'ਚ ਵੀ ਤੁਹਾਡੇ ਸਾਹਮਣੇ ਇੱਕ ਐਗਜ਼ਾਮਪਲ ਹਾਂ, ਤੁਸੀਂ ਮੇਰੇ ਵੱਲ ਦੇਖ ਕੇ ਸਿੱਖੋ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕਿਵੇਂ ਸਾਰੇ ਠੀਕ ਹੋ? ਆਈ ਹੋਪ ਕਿ ਸਾਰੇ ਠੀਕ ਹੋਵੋਗੇ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ। ਅਤੇ ਅੱਜ ਦੀ ਵੀਡੀਓ ਇਹ ਹੈ ਕਿ ਕੁੱਲੜ ਪੀਜ਼ੇ ਵਾਲੇ, ਜਿੱਦਾਂ ਕਿ ਤੁਹਾਨੂੰ ਪਤਾ ਹੀ ਹੋਊਗਾ, ਸਹਿਸ਼ ਭਰਾ ਕੁੱਲੜ ਪੀਜ਼ੇ ਵਾਲੇ ਜੋ ਕਿ ਕਹਿੰਦੇ ਆ ਕਿ ਸਾਡੀ ਵੀਡੀਓ ਹੋਰ ਵੀ ਵਾਇਰਲ ਹੋ ਸਕਦੀਆਂ ਨੇ, ਕੀ ਪਤਾ ਕਹਿੰਦਾ ਜੇ ਅਸੀਂ ਸ਼ਾਂਤ ਹੋ ਕੇ ਕਹਿੰਦਾ ਅਸੀਂ ਕਹਿੰਦਾ ਹੋਰ ਵੀਡੀਓ ਲੈ ਕੇ ਆਈਏ ਤੁਹਾਡੇ ਵਾਸਤੇ, ਮਤਲਬ ਹੋਰ ਵੀਡੀਓ ਆ ਜਾਵੇ ਇੱਦਾਂ ਕੋਈ ਵੀ। ਅਤੇ ਜੇ ਕਹਿੰਦਾ ਵੀਡੀਓ ਆ ਗਈ ਤਾਂ ਤੁਸੀਂ ਇਹ ਸੋਚੋ ਕਿ ਤੁਹਾਡੇ ਭੈਣ ਭਰਾ ਆ ਇੱਦਾਂ ਬੈਠੇ ਹੋਏ ਆ। ਪਹਿਲੀ ਗੱਲ ਤਾਂ ਯਾਰ ਤੁਸੀਂ ਕਿਉਂ ਫੁੱਦੂ ਕੰਮ ਕੀਤੇ ਹੋਏ ਇਹਨੇ, ਇਹ ਕਿੰਨੀਆਂ ਕੀ ਵੀਡੀਓ ਬਣਾ ਕੇ ਬੈਠਾ ਬਾਈ ਯਾਰ ਤੂੰ, ਮੈਨੂੰ ਤਾਂ ਲੱਗਦਾ ਤੂੰ ਪੂਰੀ ਵੈਬ ਸੀਰੀਜ਼ ਤਿਆਰ ਕੀਤੀ ਹੈ, ਤੂੰ ਤਾਂ ਜੋਨੀ ਸਿੰਸ ਤੋਂ ਵੀ ਤੂੰ ਗਾਂ ਹੀ ਪਹੁੰਚਿਆ ਹੋਇਆ। ਹੁਣ ਮੈਂ ਕੀ ਬੋਲਾਂ, ਹੁਣ ਵੀਡੀਓ ਦੇ ਵਿੱਚ ਸਾਰੇ ਦੇਖਦੇ ਵੀਡੀਓ ਹੈ ਨਾ, ਕੋਈ ਘਰ ਦੇ ਵੀ ਦੇਖਦੇ ਆ, ਤਾਂ ਕਰਕੇ ਆਪਾਂ ਉਸ ਲਹਿਜੇ ਦੇ ਵਿੱਚ ਰਹਿ ਕੇ ਗੱਲ ਕਰਦੇ ਹਾਂ। ਅਤੇ ਬਾਈ ਕੀ ਲੋੜ ਪਈ ਸੀਗੀ ਯਾਰ ਤੈਨੂੰ ਉੱਦਾਂ ਦੇ ਕੰਮ ਕਰਨ ਦੀ? ਹੁਣ ਦੇਖ ਲਾ ਤੂੰ ਵਾਇਰਲ ਹੋਣ ਨੂੰ ਤੂੰ ਫਿਰ ਫਿਰਦਾ, ਹੁਣ ਤੂੰ ਕਹਿੰਦਾ ਕਿ ਹਾਂ ਵੀ ਸ਼ਾਇਰ ਕਹਿੰਦਾ ਮੇਰੀ ਵੀਡੀਓ ਹੋਰ ਆ ਸਕਦੀਆਂ, ਤੂੰ ਤਾਂ ਬਾਈ ਜੋਨੇ ਸੇ ਨੂੰ ਤੂੰ ਟੱਕਰ ਦੇ ਦਿੰਦਾ ਪੂਰੀ। ਮੈਂ ਤਾਂ ਕਹਿੰਦਾ ਤੇਰੀ ਵੈਬ ਸੀਰੀਜ਼ ਤਿਆਰ ਹੋ ਜਾਣੀ ਆ ਬਾਈ, ਬਿਗ ਬੋਸ 'ਚ ਵੀ ਨਹੀਂ ਹੋਣਾ ਤੁਸੀਂ ਆਏ, ਬਿਗ ਬੋਸ ਕਰਕੇ ਵੈਸੇ ਤੁਸੀਂ ਇਹ ਕੰਮ ਕੀਤਾ ਆ, ਇਹ ਸਭ ਨੂੰ ਪਤਾ ਆ, ਠੀਕ ਆ। ਬਾਕੀ ਇੱਜ਼ਤ ਹੀ ਤੁਹਾਡੀ ਐਮ ਡੀ ਐਲ ਦੇ ਚੁੱਕੇ ਲੋਕ ਬਹੁਤ, ਜਿਹੜੀ ਇੱਜ਼ਤ ਤੁਸੀਂ ਇੰਨੀ ਬਣਾਈ ਸੀਗੀ, ਠੀਕ ਆ, ਫੇਮ ਸੀਗਾ, ਨੇਮ ਸੀਗਾ, ਉਹ ਤੁਸੀਂ ਮਿੱਟੀ ਦੇ ਵਿੱਚ ਪਲੀਤ ਕਰ ਲਈ ਆਪਣੀ। ਲੋਕ ਆਉਂਦੇ ਸੀਗੇ, ਠੀਕ ਆ, ਤੁਹਾਡੇ ਤੋਂ ਫੋਟੋ ਖਿਚਵਾਉਂਦੇ ਸੀਗੇ, ਤੁਹਾਡਾ ਕੰਮ ਚੱਲਦਾ ਸੀ ਵਧੀਆ, ਤੁਹਾਡਾ ਕੰਮ ਵੀ ਤੁਹਾਡਾ ਬੰਦ ਹੋ ਗਿਆ। ਅਤੇ ਇੱਧਰ ਅਨਮੋਲ ਭਾਅ ਜੀ ਵੀ ਦੇਖ ਆ, ਇਹ ਵੀ ਇੱਦਾਂ ਦੇ ਲੋਕਾਂ ਦੀ ਇੰਟਰਵਿਊ ਲੈ ਰਹੇ, ਠੀਕ ਆ, ਲੈਣ ਆਪਾਂ ਨੂੰ ਕੋਈ ਚੱਕਰ ਨਹੀਂ, ਉਹਨਾਂ ਦਾ ਚਲੋ ਠੀਕ ਆ ਆਪਣਾ ਚੈਨਲ ਹੈਗਾ, ਉਹ ਇੰਟਰਵਿਊ ਲੈ ਸਕਦੇ, ਬਟ ਇੱਧਰ ਦੇ ਮੁੱਦੇ ਚੱਕਦੇ ਕਿਉਂ ਵਾਰ ਵਾਰ ਤੁਸੀਂ? ਹੈ ਵਾਰ ਵਾਰ ਤੁਸੀਂ ਚੱਕ ਕੇ ਤੁਸੀਂ ਟੀ ਆਰ ਪੀ ਤੁਸੀਂ ਲੈਂਦੇ ਆ, ਹੈ ਨਾ, ਤੁਹਾਨੂੰ ਵਧੀਆ ਹੈ ਨਾ ਇਨਕਮ ਹੁੰਦੀ ਆ, ਬਟ ਸੋਚਣ ਵਾਲੀ ਗੱਲ ਆ ਕਿ ਤੁਸੀਂ ਇੰਨੀਆਂ ਵੀਡੀਓ ਬਣਾਈਆਂ, ਦੱਸ ਯਾਰ ਲੋਕਾਂ ਨੇ ਗਾਲਾਂ ਕੱਢਣੀਆਂ। ਬਾਈ ਤੂੰ ਯਾਰ ਹਰਕਤਾਂ ਹੀ ਤੂੰ ਉੱਦਾਂ ਹੀ ਕੀਤੀਆਂ, ਹੁਣ ਕੀ ਕਹੀਏ, ਹੁਣ ਲੋਕਾਂ ਨੇ ਤੈਨੂੰ ਦੇਖੀ ਫਿਰ ਗਾਲਾਂ ਕੱਢਣੀਆਂ, ਕਦੇ ਕੱਲ੍ਹ ਨੂੰ ਕਿਤੇ ਵੀਡੀਓ ਤੇਰੀ ਹੋਰ ਇੱਕ ਆ ਗਈ ਨਾ, ਲੋਕਾਂ ਨੇ ਤੈਨੂੰ ਛੱਡਣਾ ਨਹੀਂ, ਹੈ ਨਾ, ਤੂੰ ਯਾਰ ਬੜਾ ਤੂੰ ਮਾੜਾ ਕੰਮ ਕੀਤਾ ਵੈਸੇ, ਠੀਕ ਹੈ, ਇਹ ਸਭ ਚੀਜ਼ਾਂ ਹੁੰਦੀਆਂ ਆ, ਆਪਣੇ ਪਰਸਨ ਦੇ ਵਿੱਚ ਰੱਖੋ ਯਾਰ। ਬਟ ਤੁਸੀਂ ਕੀ ਤੁਸੀਂ ਹੈ ਨਾ ਇੱਕ, ਹੁਣ ਕਈ ਕਹਿੰਦੇ ਤੁਸੀਂ ਸਟੰਟ ਕੀਤਾ ਜੀ, ਇਹ ਵੀਡੀਓ ਵਾਇਰਲ ਜਾਣ ਕੇ ਤੁਸੀਂ ਆਪ ਕੀਤੀ ਆ, ਹੁਣ ਤੁਹਾਡੇ ਫੋਨ 'ਚੋਂ ਹੁਣ ਕਿੱਦਾਂ ਕੋਈ ਲੈ ਜਾਊਗਾ ਯਾਰ? ਸੋਚਣ ਵਾਲੀ ਗੱਲ ਆ ਕਿ ਜੇ ਤੁਹਾਡੇ ਫੋਨ ਦੇ ਵਿੱਚ ਜੇ ਤੁਸੀਂ ਵੀਡੀਓ ਬਣਾਈ, ਅੱਜ ਕੱਲ੍ਹ ਤਾਂ ਫੋਨ ਦੇ ਲੋਕ ਖੁੱਲ੍ਹਦੇ ਨਹੀਂ, ਜੇ ਤੁਸੀਂ ਬਾਹਰੋਂ ਵੀ ਖਿਲਾਓਗੇ ਤਾਂ ਵੀ, ਜੇ ਬਾਹਰੋਂ ਜੇ ਖਿਲਾਓਗੇ ਤਾਂ ਤੁਹਾਡਾ ਡਾਟਾ ਉੱਡ ਜਾਣਾ ਆ, ਇਹ ਸਭ ਚੀਜ਼ਾਂ ਨਹੀਂ ਹੁੰਦੀਆਂ। ਹੁਣ ਕੀ ਪਤਾ ਕਿਹੜੇ ਹਿਸਾਬ ਨਾਲ ਤੁਸੀਂ ਵੀਡੀਓ ਤੁਹਾਡੀ ਵਾਇਰਲ ਹੋਈ ਆ, ਕਿੰਨੇ ਕੀਤੀ ਕਿੰਨੇ ਨਹੀਂ ਕੀਤੀ, ਬਟ ਮੇਰੇ ਤੇਰੇ ਕਰਕੇ ਨਾ ਸਿੱਖ ਭਰਾ ਥੋੜ੍ਹੇ ਬਦਨਾਮ ਹੁੰਦੇ ਆ, ਤੈਨੂੰ ਪਤਾ ਪਹਿਲੇ ਤੇਰੀ ਵੀਡੀਓ ਵਾਇਰਲ ਹੋਈ, ਫਿਰ ਇੱਕ ਫਗਵਾੜੇ ਵਾਲੇ ਮੁੰਡੇ ਦੀ ਵੀਡੀਓ ਵਾਇਰਲ ਹੋਈ, ਉਹ ਲੋਕ ਸਿੱਖਾਂ ਨੂੰ ਹੀ ਮਾੜਾ ਬੋਲੀ ਜਾਂਦੇ ਯਾਰ, ਦੱਸ ਤਾਂ ਚਲੋ ਵੀਡੀਓ ਤਾਂ ਤੁਸੀਂ ਵੇਟ ਕਰੋ, ਵੀਡੀਓ ਤਾਂ ਦੁਬਾਰਾ ਆਏਗੀ, ਹੁਣ ਕਹਿੰਦਾ ਪਿਆ ਆ, ਕਹਿੰਦਾ ਨਿਆਣ ਮੱਤ ਦੇ ਵਿੱਚ ਕਹਿੰਦਾ ਬਣ ਗਈ ਵੀਡੀਓ। ਯਾਰ ਨਿਆਣ ਮੱਤ ਤੁਸੀਂ ਵਿਆਹੇ ਕਿਵੇਂ ਇਹ ਬੰਦੇ ਆ, ਠੀਕ ਆ, ਤੁਸੀਂ ਸਿਆਣੇ ਬਿਆਣੇ ਆ, ਹਾਲੇ ਵੀ ਤੁਸੀਂ ਨਿਆਣੇ ਆ, ਦੱਸ ਨਿਆਣੇ ਵੀ ਨਹੀਂ ਇਹ ਕੰਮ ਕਰਦੇ ਯਾਰ, ਅੱਜ ਕੱਲ੍ਹ ਫੁੱਦੂ ਗੱਲਾਂ ਕਰਦੇ ਤੁਸੀਂ ਸਿਰੇ ਦੀਆਂ, ਤੁਹਾਨੂੰ ਪਤਾ ਨਹੀਂ ਕਿਹੜਾ ਹੈ ਨਾ, ਤੁਹਾਡਾ ਦੇਖ ਲਾ ਕਿਸੇ ਨੇ ਸਾਥ ਵੀ ਨਹੀਂ ਦਿੱਤਾ, ਸਾਥ ਕਿਉਂ, ਕੌਣ ਦੇਗਾ? ਤੁਸੀਂ ਕਹਿੰਦੇ ਕਿ ਹਾਂ ਵੀ ਮੇਰਾ ਕਿਸੇ ਸਾਥ ਨਹੀਂ ਦਿੱਤਾ, ਸਾਥ ਉਹ ਬੰਦਾ ਦਿੰਦਾ ਆ
ठीक है, अच्छा काम किया हो, जिन्हें इधर ही वीडियो बनाई हुए उन्हें किन्ने साथ देना, किसी ने साथ नहीं। बाकी चलो जो वीडियो आ गई तो सामने आ ही जानी है। अब तो चलो असी दुआ मांगते हैं कि हाँ भी चलो उधर कुछ ना ही हो, है ना, वीडियो ना इधर ही है ना कुछ आवे दोबारा, तो गल उत्थे रफा दफा हो जाए। बट लोग हटते नहीं ना, तो जे कि आ गई तो फिर उही स्यापा खाना गोपी गोपी ताने मारूगे लोग। तो चलो आप नहीं चाहते किसी का माड़ा हो, बट करम अतर कितने तो फिर अगर इन्हें फिर होंगे ही है। चलो गलती सारे करते हैं, अपने को भी हो सकती गलती, बट एडा उधर ही तो फुद्दू होने के तो नहीं आप करते। बाकी चलो वीडियो में इतने खत्म करते हैं, समाप्त करते हैं, ठीक है। जो थानू वीडियो ठीक लगी वधिया लगी, तो जे तुहानू मेरी गल्ला का कोई गुस्सा गिला हैगा, जे कोई मेरे तो वध घट बोल हो गया तो क्षमा मंगदा हाँ, माफ़ी मांगता हाँ, बोल हो जाता हूँ की करिए, फिर भी मैं थोड़ा कंट्रोल करके बोलदा क्योंकि लोग देखते हैं। बाकी चलो वीडियो उत्थे समाप्त करते हैं, थैंक यू सो मच, लव यू ऑल।